ਅੱਜ ਇੱਕ ਬਿਆਨ ਆਇਆ ਕੰਗਨਾ ਰਣੌਤ ਦਾ, ਮੈਨੂੰ ਲੱਗਦਾ ਕਿ ਇਹ ਵਾਕਈ ਇਹਦਾ ਜ਼ੁਬਾਨ ਔਰ ਇਹਦੇ ਦਿਮਾਗ ਦਾ ਕੋਈ ਤਾਲੁਕ ਨਹੀਂ ਹੈ। ਜਾਣ ਕੇ ਕੰਟਰੋਵਰਸੀਸ ਕ੍ਰੀਏਟ ਕਰਦੀ ਹੈ ਕਿਉਂਕਿ ਇਹਦੀ ਫਿਲਮ ਨਹੀਂ ਚੱਲਦੀ ਹੈ। ਫਿਲਮ ਚਲਾਉਣ ਵਾਸਤੇ ਤੂੰ ਫਿਲਮ ਬਣਾ ਰਹੀ ਹੈ ਐਮਰਜੈਂਸੀ ਤੇ, ਨਾਂ ਲੈ ਰਹੀ ਹੈ ਸੰਤ ਭਿੰਡਰਾਂ ਵਾਲਿਆਂ ਦਾ, ਅੱਜ ਕਹਿੰਦੀ ਕਿ ਉਹ ਆਤੰਕਵਾਦੀ ਸੀਗੇ। ਮੈਂ ਪੁੱਛਣਾ ਚਾਹੁੰਦਾ ਤੇਰੇ ਤੋਂ ਸਰਟੀਫਿਕੇਟ ਦੀ ਲੋੜ ਹੈ ਸਾਨੂੰ ਕਿ ਸੰਤ ਭਿੰਡਰਾਂ ਵਾਲੇ ਕੌਣ ਸੀ? ਤੂੰ ਆਪਣੇ ਆਪ ਨੂੰ, ਤੂੰ ਹੈ ਕੀ ਅਥਾਰਟੀ ਜਿਹਦੇ ਕੋਲ ਸਾਨੂੰ ਸਰਟੀਫਿਕੇਟ ਦੀ ਲੋੜ ਹੋਵੇ? ਨਾਲੇ ਮੈਂ ਤੈਨੂੰ ਸਵਾਲ ਪੁੱਛਣਾ ਚਾਹੁੰਦਾ ਕੰਗਨਾ ਰਣੌਤ, ਐਮਰਜੈਂਸੀ ਚ ਸੰਤ ਭਿੰਡਰਾਂ ਵਾਲੇ ਦਾ ਰੋਲ ਕੀ ਸੀ? ਜੇ ਤੂੰ ਐਮਰਜੈਂਸੀ ਤੇ ਫਿਲਮ ਬਣਾਈ ਤੇ ਅਕਾਲੀ ਦਲ ਦਾ ਰੋਲ ਦੱਸ ਨਾ, ਜਿਹਨੇ 90,000 ਬੰਦਾ ਗ੍ਰਿਫ਼ਤਾਰ ਕਰਾਤਾ ਸੀ। ਇਹ ਤਾਂ ਮਾਫੀਆ ਬਣ ਗਏ ਸੀਗੇ ਇੰਦਰਾ ਸਰਕਾਰ ਤੋਂ ਐਮਰਜੈਂਸੀ ਦੇ ਦੌਰਾਨ, ਜਿਨ੍ਹਾਂ ਦੀ ਲੀਡਰਸ਼ਿਪ ਦੇ ਵਿੱਚ ਮੇਰੇ ਤੋਂ ਨਾਂ ਨਾ ਲੈ ਤੂੰ ਕਿਸੇ ਦਾ। ਲੇਕਿਨ ਹਾਂ, ਮੈਂ ਤੈਨੂੰ ਸਵਾਲ ਪੁੱਛਦਾ, ਤੂੰ ਮਾਲੇਗਾਓਂ ਬਲਾਸਟ ਬਾਰੇ ਬੋਲੇਂਗੀ? ਤੂੰ ਪ੍ਰਗਿਆ ਠਾਕੁਰ ਬਾਰੇ ਬੋਲੇਂਗੀ? ਉਹ ਕੌਣ ਹੈ ਜਿਨ੍ਹਾਂ ਦੇ ਉੱਤੇ FIR ਹੋਈਆਂ, ਜਿਨ੍ਹਾਂ ਤੇ ਸਜ਼ਾ ਹੋਈ, ਜਿਹੜੀ ਮੈਡੀਕਲ ਗਰਾਊਂਡ ਦੇ ਬਾਹਰ ਹੈ? ਸੰਤ ਭਿੰਡਰਾਣੇ ਤੇ ਇੱਕ FIR ਨਹੀਂ। ਤੂੰ ਸਮਝੌਤਾ ਐਕਸਪ੍ਰੈਸ ਦੇ ਬਲਾਸ ਤੇ ਬੋਲੇਂਗੀ ਜਿਹਦੇ ਚ ਕਰਨਲ ਪੁਰੋਹਿਤ ਦਾ ਕੀ ਰੋਲ ਸੀ? ਕਰਨਲ ਪੁਰੋਹਿਤ ਕੌਣ ਹੈ? ਤੁਸੀਂ ਉਹਨਾਂ ਤੇ ਨਹੀਂ ਬੋਲੋਗੇ, ਤੁਸੀਂ ਇਹਨਾਂ ਤੇ ਬੋਲੋਗੇ ਕਿਉਂਕਿ ਤੁਸੀਂ ਦੇਸ਼ ਦੇ ਵਿੱਚ ਅੱਗ ਲਾਉਣਾ ਚਾਹੁੰਦੇ ਹੋ। ਤੁਸੀਂ ਦੇਸ਼ ਦੇ ਵਿੱਚ ਭੜਕਾਊ ਗੱਲਾਂ ਕਰਕੇ ਵਾਪਸ ਪੰਜਾਬ ਨੂੰ ਉਸੇ ਪਾਸੇ ਧੱਕਣਾ ਚਾਹੁੰਦੇ ਹੋ। ਮੈਨੂੰ ਲੱਗਦਾ ਕਿ ਅੱਗੇ ਤੈਨੂੰ BJP ਨੇ ਤੇਰੇ ਤੋਂ ਕਿਨਾਰਾ ਕੀਤਾ ਸੀ ਤੇਰੀਆਂ ਗੱਲਾਂ ਤੋਂ। ਅੱਜ ਮੈਂ ਫਿਰ BJP ਨੂੰ ਪੁੱਛਣਾ ਚਾਹੁੰਦਾ ਕਿ ਕੀ BJP ਸਹਿਮਤ ਹੈ ਜੋ ਕੰਗਨਾ ਰਣੌਤ ਬੋਲ ਰਹੀ ਹੈ? ਅੱਜ ਇੱਕ ਬਿਆਨ ਆਇਆ ਕੰਗਨਾ ਰਣੌਤ ਦਾ, ਮੈਨੂੰ ਲੱਗਦਾ ਕਿ ਇਹ ਵਾਕਈ ਇਹਦਾ ਜ਼ੁਬਾਨ ਔਰ ਇਹਦੇ ਦਿਮਾਗ ਦਾ ਕੋਈ ਤਾਲੁਕ ਨਹੀਂ ਹੈ। ਜਾਣ ਕੇ ਕੰਟਰੋਵਰਸੀਸ ਕ੍ਰੀਏਟ ਕਰਦੀ ਹੈ ਕਿਉਂਕਿ ਇਹਦੀ ਫਿਲਮ ਨਹੀਂ ਚੱਲਦੀ ਹੈ। ਫਿਲਮ ਚਲਾਉਣ ਵਾਸਤੇ ਤੂੰ ਫਿਲਮ ਬਣਾ ਰਹੀ ਹੈ ਐਮਰਜੈਂਸੀ ਤੇ, ਨਾਂ ਲੈ ਰਹੀ ਹੈ ਸੰਤ ਭਿੰਡਰਾਂ ਵਾਲਿਆਂ ਦਾ, ਅੱਜ ਕਹਿੰਦੀ ਕਿ ਉਹ ਆਤੰਕਵਾਦੀ ਸੀਗੇ। ਮੈਂ ਪੁੱਛਣਾ ਚਾਹੁੰਦਾ ਤੇਰੇ ਤੋਂ ਸਰਟੀਫਿਕੇਟ ਦੀ ਲੋੜ ਹੈ ਸਾਨੂੰ ਕਿ ਸੰਤ ਭਿੰਡਰਾਂ ਵਾਲੇ ਕੌਣ ਸੀ? ਤੂੰ ਆਪਣੇ ਆਪ ਨੂੰ, ਤੂੰ ਹੈ ਕੀ ਅਥਾਰਟੀ ਜਿਹਦੇ ਕੋਲ ਸਾਨੂੰ ਸਰਟੀਫਿਕੇਟ ਦੀ ਲੋੜ ਹੋਵੇ? ਨਾਲੇ ਮੈਂ ਤੈਨੂੰ ਸਵਾਲ ਪੁੱਛਣਾ ਚਾਹੁੰਦਾ ਕੰਗਨਾ ਰਣੌਤ, ਐਮਰਜੈਂਸੀ ਚ ਸੰਤ ਭਿੰਡਰਾਂ ਵਾਲੇ ਦਾ ਰੋਲ ਕੀ ਸੀ? ਜੇ ਤੂੰ ਐਮਰਜੈਂਸੀ ਤੇ ਫਿਲਮ ਬਣਾਈ ਤੇ ਅਕਾਲੀ ਦਲ ਦਾ ਰੋਲ ਦੱਸ ਨਾ, ਜਿਹਨੇ 90,000 ਬੰਦਾ ਗ੍ਰਿਫ਼ਤਾਰ ਕਰਾਤਾ ਸੀ। ਇਹ ਤਾਂ ਮਾਫੀਆ ਬਣ ਗਏ ਸੀਗੇ ਇੰਦਰਾ ਸਰਕਾਰ ਤੋਂ ਐਮਰਜੈਂਸੀ ਦੇ ਦੌਰਾਨ, ਜਿਨ੍ਹਾਂ ਦੀ ਲੀਡਰਸ਼ਿਪ ਦੇ ਵਿੱਚ ਮੇਰੇ ਤੋਂ ਨਾਂ ਨਾ ਲੈ ਤੂੰ ਕਿਸੇ ਦਾ। ਲੇਕਿਨ ਹਾਂ, ਮੈਂ ਤੈਨੂੰ ਸਵਾਲ ਪੁੱਛਦਾ, ਤੂੰ ਮਾਲੇਗਾਓਂ ਬਲਾਸਟ ਬਾਰੇ ਬੋਲੇਂਗੀ? ਤੂੰ ਪ੍ਰਗਿਆ ਠਾਕੁਰ ਬਾਰੇ ਬੋਲੇਂਗੀ? ਉਹ ਕੌਣ ਹੈ ਜਿਨ੍ਹਾਂ ਦੇ ਉੱਤੇ FIR ਹੋਈਆਂ, ਜਿਨ੍ਹਾਂ ਤੇ ਸਜ਼ਾ ਹੋਈ, ਜਿਹੜੀ ਮੈਡੀਕਲ ਗਰਾਊਂਡ ਦੇ ਬਾਹਰ ਹੈ? ਸੰਤ ਭਿੰਡਰਾਣੇ ਤੇ ਇੱਕ FIR ਨਹੀਂ। ਤੂੰ ਸਮਝੌਤਾ ਐਕਸਪ੍ਰੈਸ ਦੇ ਬਲਾਸ ਤੇ ਬੋਲੇਂਗੀ ਜਿਹਦੇ ਚ ਕਰਨਲ ਪੁਰੋਹਿਤ ਦਾ ਕੀ ਰੋਲ ਸੀ? ਕਰਨਲ ਪੁਰੋਹਿਤ ਕੌਣ ਹੈ? ਤੁਸੀਂ ਉਹਨਾਂ ਤੇ ਨਹੀਂ ਬੋਲੋਗੇ, ਤੁਸੀਂ ਇਹਨਾਂ ਤੇ ਬੋਲੋਗੇ ਕਿਉਂਕਿ ਤੁਸੀਂ ਦੇਸ਼ ਦੇ ਵਿੱਚ ਅੱਗ ਲਾਉਣਾ ਚਾਹੁੰਦੇ ਹੋ। ਤੁਸੀਂ ਦੇਸ਼ ਦੇ ਵਿੱਚ ਭੜਕਾਊ ਗੱਲਾਂ ਕਰਕੇ ਵਾਪਸ ਪੰਜਾਬ ਨੂੰ ਉਸੇ ਪਾਸੇ ਧੱਕਣਾ ਚਾਹੁੰਦੇ ਹੋ। ਮੈਨੂੰ ਲੱਗਦਾ ਕਿ ਅੱਗੇ ਤੈਨੂੰ BJP ਨੇ ਤੇਰੇ ਤੋਂ ਕਿਨਾਰਾ ਕੀਤਾ ਸੀ ਤੇਰੀਆਂ ਗੱਲਾਂ ਤੋਂ। ਅੱਜ ਮੈਂ ਫਿਰ BJP ਨੂੰ ਪੁੱਛਣਾ ਚਾਹੁੰਦਾ ਕਿ ਕੀ BJP ਸਹਿਮਤ ਹੈ ਜੋ ਕੰਗਨਾ ਰਣੌਤ ਬੋਲ ਰਹੀ ਹੈ?